ਉਹ ਥੋੜੀ ਸਪੀਚ ਆਪਣਾ ਅੱਗੇ ਆਪਣਾ ਕਲੀਅਰ ਕਰ ਦੇਣਗੇ ਡੀਪੀਐਸ ਇੱਕ ਮਿੰਟ ਭਾਈ ਥੋੜਾ ਥੋੜਾ ਪਿੱਛੇ ਪਿੱਛੇ ਹੋ ਜਾਓ ਪਲੀਜ਼ ਦੋ ਕਦਮ ਚਾਰ ਚਾਰ ਹੋ ਜਾਓ ਹੋ ਜਾਓ ਸਰ ਆਰਾਮ ਨਾਲ ਸੁਣਾਏ ਸਾਰੀ ਗੱਲ ਹੋ ਜਾਓ ਸਰ ਉਹਨਾਂ ਦਾ ਇੱਥੇ ਆਉਣ ਤੇ ਸਵਾਗਤ ਕਰਦਾ ਧੰਨਵਾਦ ਕਰਦਾ ਪਰ ਗੁਰਪ੍ਰੀਤ ਜੀ ਇੱਕ ਗੱਲ ਨਾਲ ਮੈਂ ਤੁਹਾਡੇ ਸਹਿਮਤ ਨਹੀਂ ਹੈਗਾ ਜਿਹੜਾ ਤੁਸੀਂ ਕਿਹਾ ਵੀ ਪੰਜਾਬ ਸਰਕਾਰ ਸਾਡੇ ਨਾਲ ਹੈ ਸਰਕਾਰ ਨਾਲ ਹੀ ਸਾਡੀ ਲੜਾਈ ਚੱਲ ਰਹੀ ਹੈ ਜ਼ਿੰਦਾਬਾਦ ਪਰ ਮੈਂ ਉਮੀਦ ਕਰਦਾ ਜੇ ਉਹਨਾਂ ਦਾ ਕੋਈ ਨੁਮਾਇੰਦਾ ਸਾਡੇ ਕੋਲੇ ਆਇਆ ਹੈ ਤੇ ਇੱਥੇ ਹੁਣ ਵਕੀਲਾਂ ਨੂੰ ਕੋਈ ਨਿਰਾਸ਼ ਨਹੀਂ ਕਰਕੇ ਜਾਏਗਾ ਕਿਉਂਕਿ ਅਸੀਂ ਕੋਈ ਆਸ਼ਵਾਸਨ ਨਹੀਂ ਲੈਣੇ ਸੁੱਕੇ ਅਸੀਂ ਕਾਰਵਾਈ ਚਾਹੁੰਦੇ ਹਾਂ ਸਾਨੂੰ ਪੋਜ਼ਿਟਿਵ ਰਿਸਪੌਂਸ ਦੇ ਕੇ ਜਾਇਓ ਤਾਂ ਕਿ ਜਿਹੜਾ ਵਕੀਲਾਂ ਦਾ ਵਿਸ਼ਵਾਸ ਹੈ ਉਹ ਬਣਿਆ ਰਹੇ ਕਿਉਂਕਿ ਇਹ ਇਤਿਹਾਸ ਰਿਹਾ ਇੱਥੇ ਜਦੋਂ ਵੀ ਇਲੈਕਸ਼ਨ ਹੁੰਦੇ ਆ ਜਿਹੜੇ ਵੀ ਐਮਪੀ ਐਮਐਲਏ ਕੰਟੈਸਟ ਕਰਨ ਵਾਸਤੇ ਆਉਂਦੇ ਆ ਵਕੀਲਾਂ ਨੇ ਜਿਹਦਾ ਸਮਰਥਨ ਕੀਤਾ ਸਾਰੇ ਲੁਧਿਆਣੇ 'ਚ ਉਹੀ ਕੈਂਡੀਡੇਟ ਵਿਨ ਕਰਦੇ ਆ ਅਦਰਵਾਈਜ਼ ਵਕੀਲਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕੈਂਡੀਡੇਟ ਇੱਥੇ ਵਿਨ ਕਰਨਾ ਆਸਾਨ ਨਹੀਂ ਹੈ ਸੋ ਮੈਂ ਇੱਕ ਵਾਰੀ ਬਿੰਦਰਾ ਸਾਹਿਬ ਦੇ ਵਿਊ ਸੁਣ ਲਈਏ ਇਹ ਕੀ ਕਹਿੰਦੇ ਆ ਉਸ ਤੋਂ ਬਾਅਦ ਫਿਰ ਦੁਬਾਰਾ ਮਾਈਕ ਲੈਂਦੇ ਆ ਬਿੰਦਰਾ ਸਾਹਿਬ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਮੈਂ ਤਾਂ ਪਹਿਲੇ ਆਹ ਕਹੂੰਗਾ ਦੇਖੋ ਮੇਰੇ ਤੋਂ ਜਾਣਕਾਰ ਤੁਸੀਂ ਸਭ ਤੋਂ ਜ਼ਿਆਦਾ ਬੈਠੇ ਹੋ ਯੂ ਆਰ ਦਾ ਵਨ ਜਿਹੜੇ ਆਪ ਤੁਸੀਂ ਰੀਪ੍ਰਜੈਂਟ ਕਰਦੇ ਹੋ ਇੰਟਾਇਰ ਸਾਡੇ ਸ਼ਹਿਰ ਨੂੰ ਜਿਹੜੇ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਹੈ ਉਹ ਤੁਹਾਡੇ ਕੋਲ ਕੋਰਟ 'ਚ ਆਉਂਦਾ ਤੁਹਾਡੇ ਕੋਲ ਆ ਕੇ ਆਪਣੀ ਸਮੱਸਿਆ ਦੱਸਦਾ ਤੁਸੀਂ ਉਸ ਇਨਸਾਨ ਦਾ ਹੱਲ ਕਰਕੇ ਦਿੰਦੇ ਹੋ ਔਰ ਤੁਸੀਂ ਕੋਰਟ ਦੇ ਵਿੱਚ ਵੀ ਉਹਨੂੰ ਰੀਪ੍ਰਜੈਂਟ ਜੀ ਉਹ ਕਰ ਰਹੇ ਹੋ ਸੈਕਿੰਡਲੀ ਦੇਖੋ ਜੋ